ਲੈ ਲੈ ਪ੍ਰੀਤ ਆ ਕਾਫੀ ਤੂੰ ਪੀ ਲੈ ਤੇ ਜਿਹੜੀ ਬਚ ਗਈ ਨਾ ਇਹ ਮੰਮੀ ਤੇ ਭਾਬੀ ਨੂੰ ਦੇ ਦਿੰਨੇ ਆਪਾਂ ਚਾਹੇ ਤੁਸੀਂ ਮੈਥੋਂ ਲਿਖਵਾ ਲਓ ਉਹ ਨਹੀਂ ਪੀ ਸਕਦੀਆਂ ਜੀ ਇਹ ਕਦੇ ਉਹ ਪਤਾ ਮੈਨੂੰ ਨਹੀਂ ਪੀ ਸਕਦੀਆਂ ਪਰ ਕਹਿੰਦੀਆਂ ਸੀ ਨਾ ਹੁੱਬ ਕੇ ਵੀ ਸਾਨੂੰ ਵੀ ਦੇ ਹੁਣ ਤਾਂ ਐ ਵੀ ਪਤਾ ਨਹੀਂ ਸ਼ਹਿਰਾਂ 'ਚ ਹੀ ਕੀ ਪੀਂਦੀ ਆ ਆਪਾਂ ਪਿਲਾ ਦਿੰਨੇ ਆ ਚਲੋ ਦੇਖ ਲਓ ਪਿਆ ਕੀ ਭਾਬੀ ਕਾਫੀ ਬਣ ਕੇ ਆ ਕੇ ਪੀ ਲਓ ਵੈਸੇ ਮੈਥੋਂ ਤਾਂ ਜਮਾ ਨਹੀਂ ਰਿਹਾ ਜਾਂਦਾ ਪੀਤੇ ਵੀ ਤਾਂ ਉਹ ਤੇਰੀ ਤਾਂ ਆਦਤ ਬਣੀ ਹੋਈ ਆ ਯਾਰ ਆ ਜਾ ਮੰਮੀ ਕਾਫੀ ਬਣ ਗਈ ਇਹਨਾਂ ਦੀ ਬਣੀ ਨਹੀਂ ਹੈਗੀ ਆਪਾਂ ਦੇਖਦੇ ਆ ਲੈ ਭਾਬੀ ਬਣ ਗਈ ਹਾਂ ਹਾਂ ਲੈ ਸਪੈਸ਼ਲ ਬਣਾਈ ਆ ਤੁਹਾਡੇ ਵਾਸਤੇ ਲੈ ਮੰਮੀ ਤੂੰ ਪੀ ਲੈ ਪਹਿਲਾਂ ਨਾ ਪੁੱਤ ਮੈਂ ਨਹੀਂ ਪੀਣੀ ਤੂੰ ਹੀ ਪੀ ਲੈ ਆ ਤੇਰਾ ਹੀ ਮੂੰਹ ਜਾ ਖਰਾਬ ਹੋਇਆ ਹੋਇਆ ਠੀਕ ਹੋ ਜਾਊਗਾ ਤੁਸੀਂ ਪੀ ਲਓ ਮੇਰੇ ਗਲੋ ਆ ਜਾਊਗਾ ਹਨਾ ਸਵਾਦ ਹੁੰਦੀ ਹੈ ਤੁਸੀਂ ਪੀ ਠੀਕ ਤਾਂ ਦੇਖ ਭਾਬੀ ਪਤਾ ਨਹੀਂ ਦੇਖਣ ਜੇ ਤਾਂ ਇੰਜ ਲੱਗਦੀ ਹੈ ਕਿ ਸਵਾਦ ਹੋਣੀ ਹੈ ਭਾਬੀ ਸਵਾਦ ਹੁੰਦੀ ਹੈ ਸਵਾਦ ਹੁੰਦੀ ਹੈ ਪੀ ਕੇ ਸਵਾਦ ਹੋਣੀ ਹੈ ਨਾ ਜਿਹੜੇ ਤੁਸੀਂ ਪੀਂਦੇ ਹੋ ਪੀ ਲੈ ਪੁੱਤ ਹਾਂਜੀ ਹਾਂਜੀ ਜ਼ਹਿਰ ਪਿਆ ਤਾਂ ਕੰਜਰਾਂ ਨੇ ਮੈਨੂੰ ਤੁਸੀਂ ਆਪ ਹੀ ਕਿਹਾ ਸੀ ਜੀ ਕਾਫੀ ਪੀਣਾ ਫਿਰ ਭਾਬੀ ਤੂੰ ਕਿਹਾ ਵੀ ਨਾ ਲੈ ਪੁੱਠੀਆਂ ਚੀਜ਼ੀਆਂ ਖਾ ਜਦ ਤੱਕ ਕਹਿੰਦੀ ਮੈਂ ਪੀਉਂਗੀ ਮੰਮੀ ਆਂਟੀ ਜੀ ਤੁਸੀਂ ਵੀ ਟੇਸਟ ਕਰ ਨਾ ਨਾ ਮੈਂ ਨਹੀਂ ਪੁੱਤ ਇਹ ਜੀਆਂ ਚੀਜ਼ਾਂ ਖਾਂਦੀ ਪਿੰਦੀ ਹੈ ਮੰਮੀ ਪੀ ਕੇ ਦੇਖ ਲੋ ਕਰ ਤੁਹਾਡਾ ਮੂੰਹ ਵੀ ਸਾਫ ਹੋ ਜਾ ਮੰਮੀ ਜ਼ਹਿਰ ਵਰਗਾ ਬਣਾਤਾ ਫਿਰ ਭਾਬੀ ਕਿਹਾ ਸੀ ਨਾ ਵੀ ਕੌੜੀ ਹੁੰਦੀ ਆ ਭਾਈ ਨਾ ਇਹ ਚ ਮਿੱਠਾ ਨਾ ਹੁੰਦਾ ਨਾ ਇਹ ਚ ਹੁੰਦਾ ਦੁੱਧ ਪਰ ਮੈਨੂੰ ਤਾਂ ਕੋਈ ਨਹੀਂ ਕੌੜੀ ਲੱਗਦੀ ਨਾ ਭਾਈ ਤੂੰ ਕਿਵੇਂ ਪੀ ਜਾਨੀ ਐ ਨੂੰ ਕਾੜੇ ਜੇ ਜ਼ਹਿਰ ਪਿੰਦੀ ਆ ਨਿਰਾ ਜੀ ਜ਼ਹਿਰ ਨਹੀਂ ਹੈਗਾ ਇਹ ਤਾਂ ਅੰਮ੍ਰਿਤ ਹੈ ਆਪਣੇ ਵਾਸਤੇ ਬਹੁਤ ਵਧੀਆ ਚੀਜ਼ ਹੈ ਜਿਹੜੀ ਚੀਜ਼ ਆਪਣੀ ਹੈਲਥ ਵਾਸਤੇ ਵਧੀਆ ਹੁੰਦੀ ਹੈ ਉਹ ਤਾਂ ਆਪਾਂ ਪੀਂਦੇ ਨਹੀਂ ਆ ਕੋਕ ਪੀਨੇ ਆ ਠੰਡੇ ਪੀਨੇ ਆ ਚੀਜ਼ਾਂ ਪਤਾ ਆਪਣੀ ਬੋਡੀ ਨੂੰ ਕਿੰਨਾ ਨੁਕਸਾਨ ਕਰਦੀਆਂ ਨੇ ਇੱਕ ਬਾਟੀ ਤਾਂ ਪੂਰੀ ਖੰਡ ਦੀ ਪੈਂਦੀ ਹੈ ਇਹਦੇ ਚ ਪੈਪਸੀ ਵਾਲੀ ਬੋਤਲ ਚ ਲਾਪ੍ਰੀਤ ਜਦੋਂ ਵੀਰਾ ਛੁੱਟੀ ਆ ਜਾਂਦਾ ਨਾ ਕਦੇ 버ਗਰ ਮਗਾਓ ਕਦੇ ਪੀਜ਼ੇ ਮਗਾਉਗੀ ਖਾ ਖਾ ਤਲੀਆਂ ਚੀਜ਼ਾਂ ਮੂੰਹ ਦੇ ਕੇ ਆ ਜਾ ਕਰ ਕੇ ਫਿਰ ਤਾਂ ਹੀ ਤੁਹਾਡਾ ਫੇਸ ਐਦਾਂ ਹੋਇਆ ਪਿਆ ਚੰਗੇ ਚੀਜ਼ਾਂ ਖਾਣੀ ਨਹੀਂ ਆ ਮੈਥੋਂ ਨੇ ਜ਼ਹਿਰ ਜਿਹਾ ਪੀਤਾ ਜਾਂਦਾ ਬਾਵੇ ਇਹ ਕੁੜੀਏ ਅੰਦਰ ਲੁਕ ਜਾ ਇਹਦਾ ਤਾਇਆ ਆ ਗਿਆ ਦੇਖ ਕੇ ਉਹ ਬੋਲੂਗਾ ਯਾਰ ਲੁਕਣ ਨੂੰ ਮੈਂ ਕਿਹੜਾ ਕੁਝ ਚੋਰੀ ਕੀਤੀ ਆ ਕਹਿ ਦੇ ਬਾਵੇ ਬੋਲੂਗਾ ਹੋਰੇ ਬੇਇੱਜ਼ਤੀ ਕਰ ਦੂ ਆਪਣੀ ਦੀ ਹੋ ਜਾ ਇਧਰ ਨੂੰ ਨਹੀਂ ਮੇਰੇ ਉਧਰ ਹੋ ਜਾ ਨਾ ਅੰਦਰ ਲੁਕ ਜਾ ਉੱਥੇ ਜਾ ਕੇ ਕਿਚਨ 'ਚ ਕਿਵੇਂ ਆ ਜਾ ਆ ਜਾ ਬਸ ਕੋਈ ਨਾ ਦੇਖ ਦੇ ਚਾਹ ਕਰਕੇ ਦਿੱਤੀ ਅਮਤਾ ਗੱਲ ਸੁਣੂ ਏ ਮੈਂ ਤੈਨੂੰ ਖੇਚ ਦਾ ਕੰਮ ਕਹਿ ਕੇ ਗਿਆ ਕਹਿੰਦਾ ਮੈਨੂੰ ਜ਼ਰੂਰੀ ਕੰਮ ਹੈ ਉਹ ਤੈਨੂੰ ਆ ਜ਼ਰੂਰੀ ਕੰਮ ਨੇ ਪਰ ਤਾਏ ਹੁਣ ਮੈਂ ਕਰਾਂ ਕੀ ਹੁਣ ਜੇ ਵਿਚਾਰੀ ਘਰੇ ਲਿਆਂਦੀ ਆ ਉਹਨੂੰ ਖਾਣ ਪੀਣ ਦਾ ਉਹਦੇ ਘਰੇ ਨਾ ਨਹੀਂ ਬਣਾਉਂਦਾ ਮਾਂ ਤੇ ਬਾਪ ਵਿਚਾਰੀ ਹੈ ਮੇਰੀ ਨਾ ਕਾਫੀ ਰਹਿ ਗਈ ਸੀ ਓਏ ਤਾਏ ਕਿਉਂ ਬੇਇੱਜ਼ਤੀ ਕਰੇ ਨਾ ਉਹਦੇ ਮੂਰੇ ਮੈਂ ਤੈਨੂੰ ਤੇਰੇ ਲਾਪੜੇ ਮਰਾਂ ਦੋ ਉਹ ਪਹਿਲਾਂ ਤਾਂ ਤੂੰ ਦੇ ਕੱਪੜੇ ਦੇਖੋ ਪਿੰਡ 'ਚ ਕਿਸੇ ਨੇ ਪਾਏ ਨੇ ਕੁੜੀ ਨੇ ਜੇ ਤਾਇਆ ਮੈਂ ਕਹਿ ਦੂੰਗਾ ਵੀ ਸੂਟ ਪਾ ਲਾ ਸੂਟ ਪਾ ਲੈ ਨਾਲੇ ਹੋਰ ਮੈਨੂੰ ਨਹੀਂ ਪਤਾ ਸੀ ਵੀ ਇਸ ਕੰਜਰ ਨੂੰ ਕੀ ਇਹੋ ਜਿਹੇ ਕੰਮ ਨੇ ਆ ਦੇਖ ਲੈ ਨਾ ਤੂੰ ਭਰਜਾਈ ਤੂੰ ਮੈਨੂੰ ਦੱਸ ਨਹੀਂ ਸਕਦੀ ਵੀ ਐਂ ਕਰਕੇ ਗੱਲ ਹੈਗੀ ਕਈਆਂ ਦੀਆਂ ਗੱਲਾਂ ਕਰਦਾ ਇਹ ਬਾਈ ਮੈਂ ਤਾਂ ਇਹਨੂੰ ਪਹਿਲਾਂ ਹੀ ਕਹਿ ਕੇ ਹਟੀ ਸੀਗੀ ਵੀ ਜੇ ਤੇਰਾ ਤਾਇਆ ਆ ਗਿਆ ਬੋਲੂਗਾ ਮੇਰੀ ਨਹੀਂ ਇਹ ਸੁਣਦਾ ਹੈਗਾ ਮੁੰਡਾ ਉਹ ਗੱਲ ਸੁਣੂ ਏ ਤੜਕੇ ਤਾਂ ਤੂੰ ਮੈਨੂੰ ਕਹਿਤਾ ਮੈਨੂੰ ਜ਼ਰੂਰੀ ਕੰਮ ਹੈ ਖੇਤ ਮੈਂ ਇਕੱਲਾ ਵਗ ਗਿਆ ਤੇ ਤੂੰ ਆ ਤੇਰੀ ਮਾਂ ਕੀ ਕਹੀ ਜਾਂਦੇ ਆ ਤੂੰ ਇਹਦੀ ਗੱਲ ਹੀ ਨਹੀਂ ਸੁਣਦਾ ਕੀ ਗੱਲ ਆ ਇਹ ਤਾਇਆ ਖੇਤ ਦੀ ਤਾਂ ਗੱਲ ਐ ਸੀ ਵੀ ਚੱਲ ਮੈਂ ਹੱਥ ਨਹੀਂ ਵਗ ਜੂੰਗਾ ਆ ਹੁਣ ਇਹਨੂੰ ਵਿਚਾਰੀ ਨੂੰ ਚਾਹ ਪਾਣੀ ਕਰਕੇ ਦੇਣਾ ਸੀਗਾ ਤੈਨੂੰ ਪਹਿਲਾਂ ਹੀ ਦੱਸ ਕੇ ਹਟਿਆ ਮੰਮੀ ਤੇ ਭਾਬੀ ਨੂੰ ਤਾਂ ਪਤਾ ਨਹੀਂ ਹੈਗਾ ਵੀ ਕੀ ਪੀਂਦੇ ਕੀ ਨਹੀਂ ਹੁਣ ਮੈਨੂੰ ਸਾਰਾ ਕੁਝ ਬਣਾਉਣਾ ਆਉਂਦਾ ਨਾ ਉਹਨੂੰ ਰਸੋਈ ਦਾ ਭੇਜ ਸੀਗਾ ਤਾਂ ਕਰਕੇ ਤੈਨੂੰ ਮੈਂ ਲਾਰਾ ਜਿਹਾ ਲਾਤਾ ਸੀਗਾ ਤਾਏ ਨੂੰ ਤਾਂ ਲਾਰੇ ਲਾਉਣਾ ਕੰਮ ਦੇ ਹੈ ਤੇ ਉਹ ਕੁੜੀ ਮੂਰੇ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਉਹਦੇ ਮੂਰੇ ਨੌਕਰ ਬਣ ਕੇ ਕੰਮ ਕਰੀ ਜਾਂਦਾ ਤੂੰ ਇਹ ਗੱਲ ਹੈ ਤੇਰੀ ਨਾ ਨਾ ਤਾਇਆ ਜੀ ਉਹ ਕੁੜੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਬਹੁਤ ਚੰਗੇ ਪਰਿਵਾਰ ਦੇ ਵਿੱਚੋਂ ਆ ਮੇਰੇ ਨਾਲ ਪੜ੍ਹਦੀ ਆ ਹੁਣ ਵਿਚਾਰੀ ਨੇ ਕਹਿਤਾ ਸੀ ਵੀ ਦੋ ਦਿਨ ਤੁਹਾਡੇ ਘਰੇ ਰਹਿਣਾ ਤਾਂ ਕਰਕੇ ਮੈਂ ਲੈ ਆਇਆ ਹਾਂ ਉਹਨੂੰ ਤਾਂ ਤੂੰ ਚੰਗੀ ਤਰ੍ਹਾਂ ਜਾਣਦਾ ਬਹੁਤ ਚੰਗੇ ਖਾਨਦਾਨ ਚੋਂ ਆਇਆ ਹੈ ਨਾ ਚੰਗੇ ਪਰਿਵਾਰ ਚੋਂ ਤੇ ਆ ਤਾਇਆ ਜਾਂ ਤੇਰੀ ਮਾਂ ਅਸੀਂ ਮਾੜੇ ਖਾਨਦਾਨ ਚੋਂ ਮਾੜੇ ਪਰਿਵਾਰ ਚੋਂ ਹੈ ਨਾ ਤਾਇਆ ਮੈਂ ਕਦੋਂ ਇਹ ਗੱਲ ਕਹੀ ਆ ਤੂੰ ਤਾਂ ਤੇਰੇ ਕਹਿਣ ਦਾ ਮਤਲਬ ਕੀ ਆ ਮੇਰੇ ਚੰਗੇ ਖਾਨਦਾਨ ਚ ਇਹ ਕੀ ਮਤਲਬ ਹੈ ਤੇਰਾ ਮੈਨੂੰ ਉਹਦਾ ਸਫਾਈ ਦੇ ਮੈਨੂੰ ਮੈਨੂੰ ਆਇਆ ਸੀ ਨਾ ਤੁਸੀਂ ਗਲਤ ਨਾ ਸਮਝੋ ਕਿਤੇ ਵੀ ਕੁੜੀ ਪਤਾ ਨਹੀਂ ਕਿੰਨਾ ਦੀ ਆ ਕਿਵੇਂ ਘਰੇ ਲਿਆਂਦੀ ਤਾਂ ਕਰਕੇ ਦੱਸਿਆ ਮੈਂ ਫਿਰ ਚੰਗਾ ਹੈ ਵੀ ਕੀ ਦੱਸ ਕੀ ਚੰਗਾ ਇਹ ਉਹ ਪਿੰਡ 'ਚ ਜਦੋਂ ਚਾਰ ਜਣਿਆਂ ਨੂੰ ਪਤਾ ਲੱਗੂ ਨਾ ਸਾਡੇ ਸਿਰ 'ਚ ਖੇਪ ਪਵਾਏਗਾ ਤੂੰ ਨਾਲੇ ਭਰਜਾਈ ਆ ਕੀ ਆ ਮਾਰੂ ਚਾਹ ਦੀ ਕੀ ਬਣਾਈ ਬੈਠਾ ਕਿਹਨੇ ਬਣਾਈ ਆ ਇਹ ਪਤਾ ਨਹੀਂ ਇਹੀ ਲੱਗਿਆ ਹੈ ਤੀ ਬਣਾਉਣ ਹੈ ਵੇ ਤਾਂ ਅਜੇ ਤੱਕ ਕਾਫੀ ਬਣਾ ਕੇ ਦਿੱਤੀ ਆ ਮੈਨੂੰ ਉਹ ਤੇਰਾ ਕੋਫਾ ਕੂਫਾ ਕੀ ਆ ਇਹ ਨਾ ਤੂੰ ਬਣਾਈ ਆ ਇਹ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਹੈ
ताया कुड़ी चाह नहीं पींदी हैगी ता करके कॉफी बनाती मैं। मैं तन्न मरु लापड़े धरके मुंह ते कुड़ी चाह नहीं पींदी ओनू ता तू आ कॉफी कूफे जे बना के दे जन्ना ते ताए नु कदे पानी दा गिलास फड़ाया खेत भी कह देना ताया उत्थे पिया जाके बोर ते पानी देख लै भरजाई ये तेरे लाड़ दा नतीजा सारा जे को इत्थों तक गल्लां ते पहुंच गया है। हुण मेरी गल सुन लै नाले भरजाई तू सुन लै उन्हूं ऐसे टाइम ही कह भी जा इत्थों ताया हुण तां शाम होण वाली आ हुण भला कि बस का टाइम आ मैं सवेरे कह दूँ चलो कल सवेरे बग जूगी। हाँ चलो कल सवेरे बग जू बेशर्म ना हो किसी का ना किसी का पुछण ना कर ले आए इत इत गह कोई चंडीगढ़ के पार्क ने जो तू दिखा लिया ना मेरी गल सुन मुंडिया हुण दे अपने ताए नू जवाब मैं तेनू की कहा थी भी जे फिर आ गया तेरा ताया बोलूगा उन्हू कह दे पर तू मेरी कितने सुनदा हुण कर गल मूँह लटका के ना खड़ मैं कल्ला हुण बोलदा ही नहीं मैं ना ला के जोड़े नाले दी परेड कर दूंगा जेने आही कम रखिया वह गल सुन लै भरजाई मैं तो बाई तो बाद ना सोचा सी भी इहनू पढ़ लै ला दियां इहदे मन ते कोई असर ना पवे भी मेरा बाप है नहीं मैं खेती भी कल्ला सामदा रहा ते इह इह आ करतूता च पैगा पर ताया पढ़दा तां वधिया मैं मेरे नंबर देख ली हाँ सारी क्लास नूं फस्ट आउणा मैं नंबर देख ली तेरे तेरे आ कम्मां च नंबर वध होणगे आ पढ़न पुढ़न च नहीं वध होणे तेरे नंबर मैनूं दिखाई तेरा रिजल्ट भी की हुंदा मम्मी ताए नूं कह देना भी मुंडा मेरा 5-10 हज़ार है इह जाज तक लांबा आया मेरा कोई ताया तूं इहनूं पढ़ाई ना समझा दे इहनूं समझा दे मैं तैनूं दसदा ते नाले मैनूं पानी दा गिलास दे दी अंदर बहि जा कोई अंदर नहीं ना मैं तैनूं की कहा थी खा ले छित्तर नाले मेरे पवाउणा फिर माम ए दस भी कुड़ी च कोई काल मीन होवे तां गल कहे भी हाँ ये तो ऐ कर दी बाह कर दी ना चंगी गल मैं पई हाँ जदों मेरे नाल गल कर दी आ जह जी चाह असी पीने ओह जी ओह पी लवे कहिंदा उहनूं कॉफियां बना के दिना पम्मा फिर की हो गया ये तो कड़ा बड़ा खर्चा आ यह चाह तो भी घट खर्चा दुद्ध ये नहीं पाया मिठाई नहीं पाया है ना खर्चे नु की आ चंगा लगता तू उन्हें बना बना के दिता और देख ला बड़े मुंडे ने कदे कुछ बना के खाधा और बहू बना के दिंदी है जेड़ा कुछ दिंदी है अगला कहूगा भी पता नहीं ये ना बहू ने कह भी दिया कहती पता नहीं ये ना कोई गलबात होनी है जेड़ा वो मूहरे फिर भजया गल कराने लग गया तू हूँ भाभी ने तो आपके को गल कहती होनी यह जी गल थोड़ी है नाले वह कितने मैं कितने साढ़े तो आप कि फर्क है मां चल ठीक है अपने ताए नू पानी दा गिलास लिया मैं बहनी अंदर पानी दा गिलास तू ही लै ताए नू नाले ताया मां मां सीधी गल कही ताए नू कि बड़ा रुखा ना बोलिया कर नवा खूना मुंडे दा कि जे एवें तैनू कोई उच्ची नी बाद च बोल पिया कि फिर तू आप मेने मेने जे करेगा आपे करनी ना सुनी जा दे तेरी गल्लां तू की बोलदा रुखा ना बोलिया कर रुखा बोलदा है होर तन्न मरू मैं जाणा ते भाई बह जा कोई ना मैं पानी लेके आउनी आ जा चले जा हुण अंदर खड़ा हूं रे ए मैनू लगदा कि मैनू परेड करनी पऊगी भाई हुण मैं की करा हुण जवान होया हा हाथ चकदी भी नहीं मैं चंगी लगदी मैं तां बथेरा समझाउनी आ पहले तू देख तां लै ओ बट्टी नूं है सिर ते चुन्नी है ते इह कुड़ी जी नंगे सिर फिरदी आ लोक की कहणगे पिंड च उत्थे मैनूं बेशर्मी दवाओगे हो गई त्यार लवप्रीत हाँ फिर ऐ कर आपां कॉल चलदे आ मेरे दिमाग नहीं खराब हैगा कॉलेज जाण नूं मैं इतने मैं कॉलेज जाने वास्ते आई हाँ अच्छा 4-5 दिन जेडी मैं इतने आई हूँ मैं कॉलेज च लंघा दा ओ आई तो मैं थोड़ा पिंड घूमण आ कमलीए कमाउण दा तैनूं पिंड ही आ मैं ओए तां मम्मी होर नूं शक ना हो जाए तां करके जान के तैनूं उच्ची आवाज कह रहे हैं भी कॉलेज जा रहे हैं आपां ओ दिमाग दिमाग तां तैनूं पता फिर पहले दिन ही जा रहे हैं ना समझ गई चलिए फिर आपां यार तू 2 दिन बुक्स तां लै हाथ च हां ये भी जरूरी है अंदर गल लेके आओ मैं चक लेना ते नाल मम्मी होर नूं कहूंगा बस तो कॉल जो चले ठीक है ठीक है शाम को निटावांगे चल चंगा मां हां पुत्र ओहो मैं तो लवप्रीत नाल कॉल जा के आणा अच्छा नाल तो तू कहंदी थी उन कुड़ी नु मैं पिंड घुमाण लेके आए हां ओ घुमाण लई तो पिंड ही लेके आया सीगा पर हुण करा की आ ताया देख ला रोज आ जांदा जाके मुंह कुड़ी लिया रखिया घरे आए हां फलाना लोग की कहणगे हुण ओदे हुंदे पिंड थोड़ी घुमा सकदा मैं पुत तेरी न्याणी मत वो सियाणा है सच बोलता है ठीक है एकन कुड़ियां घरे लिया चंगी गल नहीं हुंदी एक मैं तेरी माँ होके चल मैं कुछ कहा नहीं हैगा भी कोई ना मैनू पता मेरा पुत कह जाए पर आ गल्लां चंगियां नहीं हैगियां चल चंगा मेरी माँ जिवें तू कहनी है जिवें मेरा ताया कहिंदा थोड़ी दोनों दी अज मैं मन ली असीं कॉलेज जाके आउणे आ शाम नूं आवांगे ठीक है ठीक है आहो जे ताया आया ना उहनूं कह दी कि छड्ड नहीं गया
अच्छा फिर आऊगा नहीं ताया तेरा करे फिर कोई ला दू बहाना मैं हूं मेरी गल सुन ला पुत झूठ नहीं बोली दा हुंदा जेड़ी गल आ सच बोली दी आ एक झूठ पिछे ना सौ झूठ बोलना पै जांदा तैनू तो सच कह रहे हैं ना हुण असीं पहला कॉलेज आईए बाकी फिर दी फिर देखांगे तेरे पिछे मैं तेरे ताए तो मैं भी छित्तर खानी आ एक मैं ते नहीं कली कली गल ते झूठ बोलूंगा मैं तो सच बोलूंगी भी कॉलेज गए ने आ जाना शाम नूं चल जांगा मां जो कहना होया ना तू कह दी ठीक है हुण असीं जाईए ठीक है जा आ किताब भी ले जा नाल में चंगा मां ठीक है दस आ मुंडे ने भी मैनू दुखी करिया पिया पता नहीं इन्हें कुड़ी तो की कराउणा घरे रख के भी अगली नूं अपने घरे भेज दे होर कोई पिंडे नहीं हैगा घूमण नूं आही पिंड मिलिया नूं ਵੀ ਆਪਾਂ ਕਾਲਜ ਨਹੀਂ ਗਏ ਫਿਰ ਉਹ ਯਾਰ ਕਿਵੇਂ ਪਤਾ ਲੱਗੂਗਾ ਨਾ ਤਾਂ ਘਰੇ ਤੈਂ ਦੱਸਣਾ ਨਾ ਘਰੇ ਦੱਸਣਾ ਮੈਂ ਐਂ ਕਿਵੇਂ ਪਤਾ ਲੱਗ ਜੂਗਾ ਯਾਰ ਇੱਥੇ ਤੇਰੇ ਪਿੰਡ ਦੇ ਆਲੇ ਦੁਆਲੇ ਬੰਦੇ ਫਿਰਦੇ ਹੋਣਗੇ ਤੁਹਾਡੇ ਪਿੰਡ ਦੇ ਫਿਰ ਉਹ ਕੋਈ ਨਹੀਂ ਫਿਰਦਾ ਹੈਗਾ ਤੂੰ ਉਵੇਂ ਕਰੀ ਜਾਨੀ ਆ ਹੁਣ ਇੱਥੇ ਕਾਹਨੂੰ ਰੋਕਿਆ ਮੋਟਰਸਾਈਕਲ ਤੇ ਥੋੜੀ ਸਾਰਾ ਖੇਤ ਦਿਖਾਉਂਗਾ ਤੈਨੂੰ ਮੈਂ ਆਪਾਂ ਤੁਰ ਕੇ ਚੱਲਦੇ ਆ ਤੁਰ ਕੇ ਆਨੰਦ ਮਾਣ ਤੂੰ ਖੇਤਾਂ ਦੀ ਖੁਸ਼ਬੂ ਦਾ ਆਹ ਨਾ ਕਿਤਾਬਾਂ ਹੱਥ 'ਚ ਫੜ ਲਓ ਜੇ ਕੋਈ ਆ ਕੇ ਬਹਾਨਾ ਤਾਂ ਲਾ ਦੋਗੇ ਸਹੀ ਗੱਲ ਹੈ ਚੱਕ ਲੈ ਵਾਹ ਯਾਰ ਪਿੰਡਾਂ ਦੀ ਲਾਈਫ ਕਿੰਨੀ ਸੋਹਣੀ ਹੁੰਦੀ ਹੈ ਨਾ ਦੇਖ ਲੈ ਫਿਰ ਬਹੁਤ ਜ਼ਿਆਦਾ ਸੋਹਣੀ ਹੁੰਦੀ ਆ ਹਰਿਆਲੀ ਦੇਖ ਚਾਰੇ ਪਾਸੇ ਜਦੋਂ ਆਪਣਾ ਵਿਆਹ ਹੋ ਗਿਆ ਨਾ ਤੁਸੀਂ ਖੇਤ 'ਚ ਕੰਮ ਕਰਿਆ ਕਰਿਓ ਤੇ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਇਆ ਕਰੂੰਗੀ ਪਰ ਰੋਟੀ ਮੈਂ ਆਪ ਨਹੀਂ ਬਣਾਉਂਦੀ ਰੋਟੀ ਤੁਹਾਡੀ ਭਾਬੀ ਬਣਾਇਆ ਕਰੂ ਜਿਹੜੇ ਸਾਨੂੰ ਤੂੰ ਆਹ ਗੱਲ ਕਰਦੀ ਆ ਨਾ ਲੈ ਕੇ ਤਾਂ ਫਿਰ ਖੇਤ ਰੋਟੀ ਵੀ ਨਹੀਂ ਆਉਣੀ ਮੇਰੇ ਵਾਸਤੇ ਲੈ ਕਿਉਂ ਨਹੀਂ ਆਉਣੀ ਮੈਂ ਸਕੂਟੀ ਲੈ ਲੂੰ ਨਾ ਸਕੂਟੀ 'ਤੇ ਆਇਆ ਕਰੂੰਗੀ ਅੱਛਾ ਮੇਰਾ ਕੁਝ ਹੋਰ ਸੁਪਨਾ ਸੀਗਾ ਪੰਜਾਬੀ ਸੂਟ ਪਾਇਆ ਹੋਵੇ ਪੈਰਾਂ 'ਚ ਹੁਣ ਤੇਰੇ ਝਾਂਜਰਾਂ ਪਾਈਆਂ ਬਟ ਤੇ ਛਣ ਛਣ ਕਰਦੀਆਂ ਵੇ ਫਿਰ ਆਵੇ ਸਵਾਦ ਯਾਰ ਝਾਂਜਰਾਂ ਪਾਉਣੀਆਂ ਤਾਂ ਮੈਨੂੰ ਵੀ ਬਹੁਤ ਵਧੀਆ ਲੱਗਦੀਆਂ ਨੇ ਪਰ ਪੈਂਟ ਨਾਲ ਨਹੀਂ ਪੈਂਦੀਆਂ ਯਾਰ ਸੂਟ ਤਾਂ ਮੈਂ ਨਾ ਕਦੇ ਪਾਇਆ ਤੇ ਨਾ ਮੈਂ ਕਦੇ ਪਾਉਣਾ ਦੇਖ ਤੈਨੂੰ ਮੈਂ ਪਹਿਲਾਂ ਗੱਲ ਦੱਸਤੀ ਵਿਆਹ ਤੋਂ ਬਾਅਦ ਕਿਤੇ ਤੂੰ ਮੁੱਕਰ ਨਾ ਜਾਈ ਵੀ ਮੈਨੂੰ ਵੀ ਤੇਰੀ ਭਾਬੀ ਵਾਂਗੂ ਦੇਸੀ ਜੇ ਬਣ ਕੇ ਰਹਿਣਾ ਪਊਗਾ ਦੇਖ ਲਾ ਪ੍ਰੀਤ ਮੈਨੂੰ ਤਾਂ ਯਾਰ ਕੋਈ ਇਤਰਾਜ਼ ਨਹੀਂ ਹੈਗਾ ਬੇਸ਼ੱਕ ਤੂੰ ਜੀਨ ਪਾਵੇਂ ਚਾਹੇ ਸੂਟ ਪਾਵੇਂ ਪਰ ਮਾਂ ਦੇ ਸੁਭਾਅ ਦਾ ਤੈਨੂੰ ਪਤੀ ਆ ਯਾਰ ਪਿੰਡਾਂ 'ਚ ਰਹਿੰਦੀ ਆ ਪਹਿਲੇ ਦਿਨ ਤੇ ਹੈ ਨਾ ਅਤੇ ਉਹਨੂੰ ਥੋੜ੍ਹਾ ਜਿਹਾ ਇਤਰਾਜ਼ ਆ ਵੀ ਤੂੰ ਸੂਟ ਪਾਵੇਂ ਤੂੰ ਤੇਰੇ ਤੋਂ ਭਾਵ ਮਤਲਬ ਜੋ ਵੀ ਮੇਰੀ ਘਰਵਾਲੀ ਬਣ ਕੇ ਆਊ ਨਾ ਵੀ ਪੰਜਾਬੀ ਸੂਟ ਪਾਵੇ ਉਹ 'ਚ ਯਾਰ ਕੁੜੀ ਨਾ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਆ ਯਾਰ ਮੈਨੂੰ ਤਾਂ ਨਾ ਤੇਰੀ ਸਮਝ ਨਹੀਂ ਆਉਂਦੀ ਮੈਂ ਜ਼ਿੰਦਗੀ ਤੇਰੇ ਨਾਲ ਸਪੈਂਡ ਕਰਨੀ ਆ ਸਾਰੀ ਕਿ ਤੇਰੀ ਮਾਂ ਨਾਲ ਕਰਨੀ ਆ ਮੰਨਿਆ ਕਿ ਤੇਰੀ ਮਾਂ ਵਿਚਾਰੀ ਭੋਲੀ ਆ ਪਰ ਜੇ ਤੂੰ ਸਮਝਾਏਗਾ ਫੇਰ ਹੀ ਸਮਝੂਗੀ ਉਹ ਸਮਝਾ ਲਾਂਗੇ ਮਾਂ ਨੂੰ ਵੀ ਅੱਜ ਤਾਂ ਖੇਤ ਦਾ ਆਨੰਦ ਲੈਣਾ ਗੱਲਾਂ ਤੂੰ ਗਿਰੀਆਂ ਕਰਕੇ ਬਹਿ ਗਈ ਨਾਲੇ ਦੇਖ ਲਾ ਮੈਂ ਤਾਂ ਚਾਹ ਚਾਹ 'ਚ ਨਾ ਚੱਪਲ ਹੀ ਪਾ ਲਿਆ ਆ ਨਾ ਜੇ ਕਾਲਜ ਜਾਣਾ ਪੈ ਗਿਆ ਫਿਰ ਹੁਣ ਚੱਪਲਾਂ 'ਚ ਜਾਓਗੇ ਉਹ ਨਹੀਂ ਆਪਾਂ ਇੱਥੇ ਗੇੜੀ ਛੇੜੀ ਦੇ ਲਾਂਗੇ ਮਾੜਾ ਮਾੜਾ ਸ਼ਹਿਰ 'ਚ ਜਾ ਆਵਾਂਗੇ ਆਪਣਾ ਟਾਈਮ ਸਪੈਂਡ ਤਾਂ ਹੀ ਹੋ ਜੂਗਾ ਯਾਰ ਖੇਤਾਂ ਦਾ ਕੀ ਦੇਖਣਾ ਕੋਈ ਤੁਹਾਡੇ ਪਿੰਡ 'ਚ ਕੋਈ ਵਧੀਆ ਚੀਜ਼ ਦਿਖਾਓ ਨਾ ਜਿਹੜੀ ਜਿੱਥੇ ਫੋਟੋ ਸ਼ੂਟ ਵੀ ਹੋ ਸਕੇ ਯਾਰ ਖੇਤਾਂ ਤੋਂ ਵਧੀਆ ਸੋਹਣੀ ਥਾਂ ਤਾਂ ਕੀ ਹੋ ਸਕਦੀ ਆ ਹੁਣ ਸਾਡੇ ਗਰਾਊਂਡ ਹੈਗਾ ਬਹੁਤ ਸੋਹਣਾ ਜੇ ਉੱਥੇ ਜਾਣਾ ਉਹ ਦੇਖ ਲਾ ਯਾਰ ਗਰਾਊਂਡ ਤਾਂ ਸਾਡੇ ਵੀ ਉੱਥੇ ਹੈਗਾ ਪਟਿਆਲੇ 'ਚ ਬਹੁਤ ਨੇ ਮੈਂ ਇੱਥੇ ਗਰਾਊਂਡ ਦੇਖਣ ਥੋੜ੍ਹੀ ਆਈ ਹਾਂ ਯਾਰ ਫਿਰ ਪਿੰਡਾਂ 'ਚ ਹੋਰ ਕੀ ਹੁੰਦਾ ਆਹ ਖੇਤ ਹੁੰਦੇ ਨੇ ਜਾਂ ਮੋਟਰਾਂ ਜਾਂ ਹੋਰ ਆਹੀ ਕੁਛ ਹੁੰਦਾ ਬਸ ਭੱਠੇ 'ਤੇ ਲੈ ਚੱਲਦੇ ਹਾਂ ਜਿੱਥੇ ਇੱਟਾਂ ਬਣਦੀਆਂ ਨੇ ਲੈ ਮੈਂ ਉੱਥੇ ਇੱਟਾਂ ਬਣਾਉਣੀਆਂ ਨੇ ਚੱਲ ਚੰਗਾ ਬਹਿ ਜਾ ਸਾਰੀਆਂ ਗੱਲਾਂ ਖੜਕੀ ਕਰਨੀਆਂ ਨੇ ਆ ਜਾ ਬਹਿ ਜਾ ਉਹ ਹੋਰ ਯਾਰ ਤੂੰ ਤਾਂ ਹਾਂ ਓਏ ਕੱਪੜੇ ਖਰਾਬ ਹੋ ਜਾਣਗੇ ਉਹ ਕੁਛ ਨਹੀਂ ਕਿਤੇ ਨਹੀਂ ਕੁਛ ਖਰਾਬ ਹੁੰਦਾ ਬਹਿ ਕੇ ਤਾਂ ਦੇਖ ਪਿੰਡਾਂ ਦੀ ਮਿੱਟੀ ਆ ਯਾਰ ਯਾਰ ਮੈਂ ਨਹੀਂ ਬਹਿ ਸਕਦੀ ਇੱਥੇ ਸਾਰੇ ਕੱਪੜੇ ਖਰਾਬ ਹੋ ਜਾਣੇ ਮੇਰੇ ਤਾਂ ਹੋ ਜਾਣਗੇ ਮੇਮ ਦੇ ਕੱਪੜੇ ਖਰਾਬ ਉਹ ਜੇ ਤੂੰ ਐਂ ਨਖਰੇ ਜੇ ਕਰਦੀ ਰਹੇਗੀ ਯਾਰ ਤਾਂ ਤੂੰ ਮੇਰਾ ਘਰ ਕਿੱਥੋਂ ਸੰਭਾਲ ਲੇਂਗੀ ਪਹਿਲਾਂ ਐਂ ਦੱਸ ਮੈਨੂੰ ਉਹ ਹੈਲੋ ਐਡੀ ਵੀ ਗੱਲ ਨਹੀਂ ਹੈਗੀ ਲੈ ਆ ਬੈਠ ਗਈ ਹੁਣ ਦੱਸ ਕੀ ਗੱਲ ਕਰਨੀ ਆ ਗੱਲ ਤਾਂ ਤੂੰ ਘਰੇ ਨਹੀਂ ਕਰਨੀ ਹੈ ਮੈਂ ਤਾਂ ਤੈਨੂੰ ਖੇਤ ਘੁਮਾਉਣ ਲਿਆ ਆ ਤੈਂ ਕਿਹਾ ਸੀ ਮੈਨੂੰ ਤੂੰ ਨਾ ਮੇਰੀ ਗੱਲ ਸੁਣ ਦੇਖ ਤੇਰੇ ਤੋਂ ਤਾਂ ਹਿੰਮਤ ਹੁੰਦੀ ਨਹੀਂ ਮੈਂ ਵੇਖ ਲਿਆ ਤੈਨੂੰ ਯਾਰ ਹੁਣ ਮੈਂ ਤੇਰੇ ਘਰੇ ਆ ਤਾਂ ਗਈ 50% ਗੱਲ ਤਾਂ ਬਣ ਗਈ 50% ਰਹਿ ਗਈ ਤੇਰੀ ਮਾਂ ਨਾਲ ਮੈਂ ਗੱਲ ਕਰ ਲਾਂ ਹਾਂ ਹਾਂ ਮਾਂ ਨਾਲ ਤੂੰ ਗੱਲ ਕਰ ਲੈ ਨਾਲ ਤਾਂ ਮੈਂ ਤੇਰੀ ਗੁੱਤ ਨਹੀਂ ਫੜ ਕੇ ਤੈਨੂੰ ਘਰੋਂ ਬਾਹਰ ਕੱਢ ਦੂੰ ਨਾਲੇ ਕੱਢੂ ਮੈਨੂੰ ਨਾ ਘਰ ਦੇ ਨਾ ਘਾਟ ਦੇ ਉਹ ਹਾਲ ਹੋਊ ਆਪਣੇ ਨਾਲ ਤਾਂ ਨਾਲੇ ਨਾ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਜੇ ਮੈਨੂੰ ਤੁਹਾਡੇ ਘਰਦਿਆਂ ਨੇ ਘਰੋਂ ਬਾਹਰ ਕੱਢਤਾ ਨਾ ਮੈਂ ਅਣਖ ਵਾਲੀ ਕੁੜੀ ਹਾਂ ਫਿਰ ਉਸ ਘਰੇ ਪੈਰ ਵੀ ਨਹੀਂ ਪਾਉਂਦੀ ਅੱਛਾ ਜੀ ਦੇਖ ਲਾ ਫਿਰ ਜੇ ਕੇਰਾਂ ਹੱਥੋਂ ਮੈਂ ਲੰਘ ਗਿਆ ਨਾ ਮੁੜ ਕੇ ਮੇਰੇ ਵਰਗਾ ਮੁੰਡਾ ਨਹੀਂ ਮਿਲਣਾ ਤੈਨੂੰ ਸਾਰੀ ਜ਼ਿੰਦਗੀ ਇਹ ਦੇਖ ਲੈ ਉਹ ਅੱਛਾ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਤੁਹਾਡੇ ਵਰਗਾ ਮੁੰਡਾ ਮੈਨੂੰ ਲੱਭਣਾ ਨਹੀਂ ਤੇ ਮੇਰੇ ਵਰਗੀ ਕੁੜੀ ਤੁਹਾਨੂੰ ਲੱਭ ਜਾਣੀ ਹੈ ਨਾ ਹਾਂ ਉਹ ਮੇਰੇ ਤਾਂ ਬਥੇਰੀਆਂ ਪਿੱਛੇ ਪਈਆਂ ਸੀਗੀਆਂ ਅੱਜ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ ਪਰ ਇਹ ਤਾਂ ਜੱਟ ਨੇ ਹੀ ਨਹੀਂ ਰਾਹ ਦਿੱਤਾ ਉਹਨਾਂ ਨੂੰ ਮੈਂ ਫਿਰ ਤੇਰੇ ਘਰ ਇੱਕ ਮਿੰਟ ਵੀ ਨਹੀਂ ਰਹਿਣਾ
चल खड़ा हो, मेनू तो आपके पिंड चढ़िया, मैं तो चल जाऊंगी आपके पिंड बस। मैं तो चौड़ करदा यार, मैं तो मजाक करी जाना, तू सीरियस ही लगी मेरी गल नू। मैनू ऐ दस, भला तेरे जिनी सियानी कुड़ी सोहनी कुड़ी होर मैनू मिल सकदी आ? जे मैं तेरी गल नू सीरियस लैके जानी है ना, तो तू भी मेरी गल सीरियस लै जा यार, मन जा मेरी गल। देखी तेरी माँ नाल मैं आपे गल कर लूंगी, तेरी माँ तो इन्नी भोली आ, मिनट च मेरी गल मन जूगी। वह मेरी माँ ना, मैं जानना भी किन्नी कु भोली आ, किन्नी कु तेज है, तैनू लगता भी भोली है। हाय ओए रब्बा, थोड़ी गल समझ च क्यों नहीं आती, किन्ने क बार समझावा मैं थोनू यार। मैं ना इन्नी फुकरबाइया मारिया हुई, मेरे डैडी ने थोड़े बारे पता, आ थोड़े घरे जो आके वेख्या, थोड़े घरे तो कुछ भी नहीं सीगा। देख जा लप्रीत, बेशक साढ़े घर कुछ नहीं है, घर भी साढ़ा पुराना जा, पर एक गल है, साढ़े घर हरेक बंद इज्जत सरकार मिलता है, साढ़े आप च बनी हुई है, वो साड़ी सारे पिंड वधिया बनी हुई है यार। नाले भाभी ना जी मेरी मैं मामा वांगू प्यार करती है, जे तू आ गई ना उस घर सच्ची कहना राज करेंगी। वो मेरा बड़ा भरा ना मेरे तो जान वारदा है, तेनों ही सब गलों का की पता। वो कौन आ रहा? वो आप यार किस तो की लेना, कोई मर्जी आई जाए यार। आप बंदा मैं कितने वेख्या लगता है। वो साडे पिंड दे ना बंदे आ रीलां जिहा बहुत बनाउंदे ने, उहनां च देख लै उते। ओए हां, आ तेरा ताया नहीं लगता? ओ तेरी, ओए तां ताया मेरा, ये पतंदर कित्थों आ गया अज्ज? तू तां कहिंदा सी कोई रीलां आणा होऊगा। ओए यार मैनूं की पता सीगा, मन तां सीगा खेत आपां दोए आ, इहने अज्ज आउणा नहीं हैगा। आ मर गया अज्ज तां यार, ऐ तां साडे वाला लगता है, ते नाल ओह कुड़ी। हाँ मोटरसाइकिल भी उस ही है, मैं देखदा ये करते की ने, की करना इन्हें इतने। ओए हुण की करिए, मैं तो तुम्हें कहना लुकण नु भी कोई जगह नहीं। बड़ा सियापा। ओए ओए पढ़ाई पढ़ाई बाहर खोल, चल इंग्लिश आंदी है? आंदी नहीं मगर मैं बोल। क्लॉथ्स इन इट बिकॉज़ इट्स वरी इज नॉट रॉकेट। हां जी ताया जी। ओ हां जी ताया जी, ओ घरों कॉलेज कह के हैं ते पढ़ाईयां कित्थे करी जानो ए? ओ ताया जी एक्चुअली साढ़े ना सी कॉलेज च गए ता उत्थे अज छुट्टी सीगी, फिर असी सोचे चलो इत्थे पढ़ लैने आ। पुत तुसी ना दोनों पढ़दे हो ठीक है, सोनू ये समझ होनी चाहिए है भी तुसी सीधा घरे आना सी फिर ते इत्थे खेच की गल जी? दो गल्लां सीगियां, एक तां सानू ऐ सीगा भी चलो टेस्ट की तैयारी कर लेंगे, दूजा ना घरे डिस्टर्बेंस रहिंदी आ, चंगी तरह पढ़ाई नहीं हुंदी हैगी। नहीं नहीं हुण झूठ बोलने दा कोई फायदा नहीं। अंकल जी मैं थोनू सच दसा, एक्चुअली मैं ना शहर दी कुड़ी आ ते मैनू पिंड वेखणे बहुत पसंद ने, हुण जे सी थोनू डायरैक्ट सच बोल के आउंदे तां वी तुसी बोलना सी, फिर असी सोचा कि करो बहाना कॉलेज दा लाके ना घूमण जाने आ, पर मैनू ने ए नहीं सी किया वी खेत लैके आ, ऐ किया सी कि पिंड च कोई वेखण वाली जगह ओह दिखा दे। फिर पिंड च हुण कोई वेखण वाली जगह ही नहीं हैगी सीगी ना, फिर इत्थे इत्थे तेरे केड़े फुल बूटियां लगे जिहड़े तू दिखाउण लै इहनू ऐ? ना ना ताया जी, ओह तां मैं तां लिआया सी उरे भी चलो नाल तां अपनी फसल बाड़ी देख लूगी, खेत खूत वेख लूगी जी, हरियाली होंदी ना ठंडा मौसम होंदा जी, तां करके उरे लिआया सी। ओए मेरी गल सुणो ए, तू तां कहता मैं खेत घुमाउण लै गया सी, नाले पुत तुसी ऐ देखो भी ए तां चल सुणू कहता भी मैं उत्थे लैके जाना, बेटा तू तां सोच लैंदा। मेरी गल सुण पुत, पहले मेरी गल सुण, पिंडां दे ना कुछ असूल शहरां नालों वक्खरे हुंदे ने बेटा, इत्थों दे जिन्ने भी नंघदे होणगे तुसी तां घुम्मण आए हो, पर जिहड़े लोक इत्थों दे नंघणगे की सोचणगे उस उहनां नूं देख के? अंकल जी सॉरी, असीं थोड़ी परमिशन तो विदाउट आए हाँ, पर मैं थोड़े नाल प्रोमिस करदी हाँ हुण जदों भी असीं घुम्मण आवांगे तुहानूं दस के आवांगे। मैं पुत इह नहीं कहिंदा भी तुसीं घुम्मण आओ, पर तुहाडा घुम्मण दा तरीका गलत हैगा, लोक ना मिंट च उंगली कर दिंदे ने, ओ तैनूं तां बुज्जा जिहा समझ होणी चाहीदी है, लै आया मैं घुमाउण। चल कोई नहीं ताया जी, हुण असीं घरे वग जाने, चलो सीधे तुर जाओ पुत, तू जाए एक मिनट जाए बेटा जाए। अंकल जी मैनूं घर दा नहीं पता। एक मिनट माड़ा तुसीं खड़ो पुत, मैं इहदे नाल गल करनी है। आ गया मैं लप्रीत। कुछ गलत कर रहे हैं जे मैं माड़ा मैं दस, मैं कॉलेज तू मेरी गल सुनो, उत्थे घरे जे सनी रलाउणी होवे तां वी कह दिंदा भी मैं इत्थों नहीं रलदी, आपदी मां नूं दुखी करदा। अंकल जी घरे चलिए। गल सुनो चुप करके ना जाके डंगरों सनी रला दे, उन्हूं मैं आपे घुमाउणा, जा दफा हो जा इत्थों पुत। हाँ जी। एक मिनट गल सुनो पुत। लप्रीत गल सुन लै, आही टाइम आ तेरे ताए नूं इंप्रेस करन दा, ठीक है ना?
ਵਧੀਆ ਤਰੀਕੇ ਨਾਲ ਗੱਲਬਾਤ ਓਏ ਉਹ ਜਾ ਕੇ ਸਨੀ ਰਲਾ ਦੇ ਖੁਸਰ ਬੁਸਰ ਦੇ ਕੀ ਕਰਦਾ ਘੁੰਮਣਾ ਤਾਂ ਮੈਂ ਤੇਰੇ ਨਾਲ ਸੀ ਚੱਲ ਕੋਈ ਨਹੀਂ ਘੁੰਮ ਲੈ ਤਾਈ ਹੈ ਮੇਰਾ ਆ ਜਾ ਪੁੱਤ ਆ ਜਾ ਅੰਕਲ ਜੀ ਮੈਂ ਕਹਿੰਦੀ ਸੀ ਮੈਂ ਕਿਹਾ ਪੁੱਤ ਤੈਨੇ ਚਲੇ ਜਾਂਦੇ ਘੁੰਮਣ ਜੇ ਓ ਪੁੱਤ ਤੂੰ ਉਹਦੀ ਗੱਲ ਛੱਡ ਆ ਤੈਨੂੰ ਖੇਤ ਮੈਂ ਘੁਮਾ ਕੇ ਲਿਆਉਣਾ ਇਹਨੂੰ ਕੀ ਪਤਾ ਹੈ ਇਹ ਤਾਂ ਉੱਥੇ ਕਾਲਜ ਜਾਣ ਜੋਗਾ ਹੈ ਆ ਜਾ ਪੁੱਤ ਆ ਜਾ ਦੇਖ ਪੁੱਤ ਤੂੰ ਨਾ ਪੜ੍ਹਿਆ ਲਿਖਿਆ ਸਿਆਣਾ ਹੈਗਾ ਮੇਰਾ ਪੁੱਤ ਦੇਖ ਤੈਨੂੰ ਮੈਂ ਇੱਕ ਗੱਲ ਕਹਿਣਾ ਪੁੱਤ ਸਾਡੇ ਨਾ ਚਾਰ ਪੰਜਾਂ ਘਰ 'ਚ ਧੀ ਨਹੀਂ ਹੈਗੀ ਅਤੇ ਪੁੱਤ ਇਸ ਕਰਕੇ ਨਾ ਤੂੰ ਵੀ ਮੈਨੂੰ ਮੇਰੀਆਂ ਧੀਆਂ ਵਰਗੀ ਲੱਗਦੀਆਂ ਠੀਕ ਹੈ ਮੈਂ ਤੈਨੂੰ ਪੁੱਤ ਇੱਕ ਸਿਆਣੀ ਗੱਲ ਕਹਿਣਾ ਵੀ ਘੁੰਮਣਾ ਠੀਕ ਹੈ ਘੁੰਮੋ ਪਰ ਪੁੱਤ ਪਿੰਡਾਂ ਦੇ ਅਸੂਲ ਬਹੁਤ ਹੋਰ ਤਰ੍ਹਾਂ ਦੇ ਹੁੰਦੇ ਨੇ ਬੇਟਾ ਅੰਕਲ ਜੀ ਮੇਰਾ ਤਾਂ ਵੈਸੇ ਵੀ ਡਰੀਮ ਹੈ ਮੇਰਾ ਵਿਆਹ ਨਾ ਕਿਸੇ ਪਿੰਡ ਦੇ ਵਿੱਚ ਹੀ ਹੋਵੇ ਪਰ ਹੁਣ ਮੈਂ ਕੀ ਕਰਾਂ ਕੋਈ ਮੁੰਡਾ ਹੀ ਨਹੀਂ ਮਿਲਦਾ ਇਹੋ ਜਿਹਾ ਮੈਨੂੰ ਜਿਹੜਾ ਮੈਂ ਉਹਦੇ ਨਾਲ ਵਿਆਹ ਕਰਵਾ ਲਵਾਂ ਪੁੱਤ ਤੁਸੀਂ ਪੜ੍ਹ ਲਿਖ ਕੇ ਪਿੰਡ 'ਚ ਵਿਆਹ ਬਸ ਅੰਕਲ ਜੀ ਮੇਰੀ ਸੋਚ ਇਹੋ ਜਿਹੀ ਹੈ ਸਾਡੇ ਸ਼ਹਿਰਾਂ 'ਚ ਨਾ ਸਾਰੇ ਜਣੇ ਆਪੋ ਆਪਣੇ ਘਰ 'ਚ ਬੜੇ ਬੈਠੇ ਰਹਿੰਦੇ ਨੇ ਐਵੇਂ ਤਾਂ ਬਾਹਰ ਕੋਈ ਨਹੀਂ ਘੁੰਮਦਾ ਖੇਤਾਂ 'ਚ ਉਹ ਤੇਰੀ ਗੱਲ ਠੀਕ ਹੈ ਪੁੱਤ ਪਰ ਗੱਲ ਤਾਂ ਪੁੱਤ ਮੇਰੇ ਮਨ 'ਚ ਵੀ ਇੱਕ ਹੈਗੀ ਹੈ ਵੀ ਅਸੀਂ ਵੀ ਨਾ ਬਾਵੇ ਦਾ ਵਿਆਹ ਕਰਨਾ ਹੈਗਾ ਅਤੇ ਪਰ ਸਾਨੂੰ ਜਿਵੇਂ ਸਾਡੀ ਵੱਡੀ ਨੂੰ ਸਿਆਣੀ ਹੈ ਜੱਸੀ ਉਹੀ ਦੀ ਕੁੜੀ ਚਾਹੀਦੀ ਹੈ ਕੋਈ ਗੱਲ ਨਹੀਂ ਅੰਕਲ ਜੀ ਮੈਂ ਤਾਂ ਉਹੀ ਮਤਲਬ ਕਿ ਮੈਂ ਵੀ ਵੈਸੇ ਉਹਦੇ ਵਰਗੀ ਹਾਂ ਪਰ ਫਰਕ ਸਿਰਫ ਇੰਨਾ ਵੀ ਮੈਂ ਇਹੋ ਜਿਹੇ ਕੱਪੜੇ ਪਾਉਣੀ ਹੈ ਅਤੇ ਉਹ ਸੂਟ ਪਾਉਂਦੇ ਨੇ ਅਤੇ ਫਿਰ ਪੁੱਤ ਤੁਸੀਂ ਆ ਪਿੰਡਾਂ 'ਚ ਆਪਦੇ ਐਡਜਸਟਮੈਂਟ ਕਿਵੇਂ ਕਰੋਗੇ ਐਡਜਸਟਮੈਂਟ ਤਾਂ ਹੋ ਜੂਗੀ ਅੰਕਲ ਜੀ ਮੇਰੇ ਡੈਡੀ ਨਾ ਮੈਨੂੰ ਵੈਸੇ ਬਹੁਤ ਪਿਆਰ ਕਰਦੇ ਨੇ ਮੇਰੇ ਭਰਾ ਨਹੀਂ ਹੈਗਾ ਅਤੇ ਪਰ ਮੈਂ ਨਾ ਕਦੇ ਵੀ ਉਹਨਾਂ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੱਤਾ ਹੁਣ ਤੱਕ ਇਹ ਤਾਂ ਪੁੱਤ ਇੱਕ ਸਿਆਣੀਆਂ ਧੀਆਂ ਦੇ ਨਾ ਸੰਸਕਾਰ ਹੁੰਦੇ ਨੇ ਅਤੇ ਪਰ ਤੁਹਾਡੇ ਮੰਮੀ ਡੈਡੀ ਤੁਹਾਡੇ ਨਾਲ ਆ ਸਕਦੇ ਨੇ ਕਦੇ ਹਾਂਜੀ ਮੈਂ ਤਾਂ ਉਹਨਾਂ ਨੂੰ ਪਹਿਲਾਂ ਹੀ ਸਾਰਾ ਕੁਝ ਦੱਸਿਆ ਹੋਇਆ ਅੱਛਾ ਕੀ ਪੁੱਤ ਮਤਲਬ ਕਿ ਵੀ ਮੈਂ ਪਿੰਡ 'ਚ ਘੁੰਮਣ ਆਈ ਹਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਨਾ ਹੈਗੀ ਦੱਸਿਆ ਹੋਇਆ ਅੱਛਾ ਦੱਸ ਕੇ ਉਹਨਾਂ ਨੂੰ ਹਾਂਜੀ ਚਲੋ ਇਹ ਤਾਂ ਬਹੁਤ ਚੰਗੀ ਗੱਲ ਹੈ ਪਰ ਪੁੱਤ ਤੁਸੀਂ ਪਿੰਡ 'ਚ ਮੈਰਿਜ ਕਰਾਉਣੀ ਹੈ ਪਰ ਕੋਈ ਮੁੰਡਾ ਚੱਜਦਾ ਹੋਵੇ ਤਾਂ ਹੈ ਨਾ ਅੰਕਲ ਜੀ ਮੁੰਡਾ ਤੁਸੀਂ ਲੱਭ ਦਿਓ ਤਾਂ ਬਹੁਤ ਵਧੀਆ ਗੱਲ ਹੈ ਹਾਂ ਪੁੱਤ ਇੱਕ ਗੱਲ ਹੈ ਮੁੰਡਾ ਤਾਂ ਸਾਡਾ ਬਾਬਾ ਬੜਾ ਸਿਆਣਾ ਪਰ ਅੰਕਲ ਜੀ ਅਸੀਂ ਥੋੜ੍ਹੀ ਵਿਆਹ ਕਰਵਾ ਸਕਦੇ ਹਾਂ ਮਤਲਬ ਅਸੀਂ ਤਾਂ ਫਿਰ ਉਹ ਆ ਨਾ ਹਲੇ ਕਿਉਂ ਪੁੱਤ ਕਿਉਂ ਨਹੀਂ ਕਰਾ ਸਕਦੇ ਸੋਚੋ ਪੁੱਤ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਤੁਹਾਡੇ ਨੇਚਰ ਦਾ ਉਹਨੂੰ ਪਤਾ ਹੈ ਵੈਸੇ ਮੈਂ ਸੋਚਿਆ ਨਹੀਂ ਕਦੇ ਬਾਬੇ ਬਾਰੇ ਐਵੇਂ ਚਲੋ ਮੈਂ ਫੈਸਲਾ ਕਰਕੇ ਦੱਸ ਦੂੰਗੀ ਤੁਹਾਨੂੰ ਤੁਸੀਂ ਇਸ ਤਰ੍ਹਾਂ ਕਰਨਾ ਪੁੱਤ ਆਪਦਾ ਫੈਸਲਾ ਲੈਣਾ ਫਿਰ ਤੁਹਾਡੇ ਮੰਮੀ ਡੈਡੀ ਨਾਲ ਗੱਲ ਕਰਾਉਣੀ ਹੈ ਠੀਕ ਹੈ ਠੀਕ ਹੈ ਜੀ ਜਦੋਂ ਦੁਬਾਰਾ ਘੁੰਮਣ ਆਉਂਗੇ ਨਾ ਉਹਨਾਂ ਨੂੰ ਨਾਲ ਲੈ ਕੇ ਆਓ ਠੀਕ ਹੈ ਉਦੋਂ ਗੱਲਬਾਤ ਕਰਾਂਗੇ ਕੋਈ ਆਪਾਂ ਖੇਤ ਘੁੰਮੀਏ ਹੁਣ ਅੰਕਲ ਚਲੋ ਪੁੱਤ ਹਾਂਜੀ ਆ ਜਾਓ ਇਹਨੇ ਤੈਨੂੰ ਕਿਹੜਾ ਖੇਤ ਘੁੰਮਾਉਣਾ ਸੀ ਇਹ ਤਾਂ ਸੰਨੀ ਰਲਾਉਣ ਤੋਂ ਗਏ ਹੁਣ ਆਹ ਬੱਟਾ ਚੱਲੀਏ ਦੇਖ ਉਹ ਜਿਹੜੀ ਵਾਲੀ ਸਾਹਮਣੇ ਵਾਲੀ ਪੈਲੀ ਹੈ ਨਾ ਉਹ ਵੀ ਸਾਰੀ ਆਪਣੀ ਹੈ ਪੈਲੀ ਉਹ ਕੀ ਹੋ ਗਿਆ ਮੈਂ ਤੇਰੇ ਤਾਏ ਨੂੰ ਇੰਪ੍ਰੈਸ ਕਰ ਲਿਆ ਨਾ ਯਾਰ ਮੈਨੂੰ ਤਾਂ ਨਹੀਂ ਯਕੀਨ ਆਉਂਦਾ ਹੈਗਾ ਤਾਇਆ ਇੰਪ੍ਰੈਸ ਹੋਣ ਵਾਲਾ ਕਿੱਥੇ ਆਇਆ ਮੈਨੂੰ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ ਪਈ ਮੈਂ ਤਾਂ ਸਿਰਫ ਇਹੀ ਗੱਲ ਕਹੀ ਸੀ ਵੀ ਮੇਰਾ ਡ੍ਰੀਮ ਹੈ ਮੈਂ ਵੀ ਕਿਸੇ ਪਿੰਡ ਦੇ ਮੁੰਡੇ ਨੂੰ ਵਿਆਹ ਕਰਵਾਵਾਂ ਤੁਹਾਨੂੰ ਪਤਾ ਫਿਰ ਤੁਹਾਡੇ ਤਾਏ ਜੀ ਨੇ ਕੀ ਗੱਲ ਕਹੀ ਹੋਣੀ ਕੀ ਗੱਲ ਕਹੀ ਉਹਨਾਂ ਨੇ ਕਿਹਾ ਵੀ ਦੇਖ ਲੈ ਜੇ ਤੂੰ ਬਾਵੇ ਨਾਲ ਵਿਆਹ ਕਰਾਉਣਾ ਤਾਂ ਸੱਚੀ ਯਾਰ ਮੁੱਚੀ ਯਾਰ ਤਾਂ ਕਮਾਲ ਹੋ ਗਿਆ ਯਾਰ ਜਿਹੜੇ ਸਾਲ ਨਾਲ ਤਾਇਆ ਅੜਬਾ ਹੈ ਮੈਨੂੰ ਤਾਂ ਲੱਗਣਾ ਸੀ ਉਹਨੇ ਆਪਣਾ ਵਿਆਹ ਹੋਣ ਹੀ ਨਹੀਂ ਦੇਣਾ ਬਈ ਕੁੜੀ 'ਚ 3600 ਗੁਣ ਨੇ ਕੌਣ ਨਾ ਕਰ ਸਕਦਾ ਸੀ ਇਹ ਤਾਂ ਹੈ ਨਾਲੇ ਤੁਸੀਂ ਤਾਂ ਵੈਸੇ ਹੀ ਡਰੀ ਜਾਂਦੇ ਸੀ ਦੇਖ ਲਓ ਮੈਂ ਕੁੜੀ ਹੋ ਕੇ ਵੀ ਇੰਨੀ ਦਲੇਰੀ ਦਿਖਾਈ ਨਾਲੇ ਜਦੋਂ ਤੁਹਾਡੇ ਤਾਇਆ ਜੀ ਮੰਨ ਗਏ ਫਿਰ ਤੁਹਾਡੀ ਮੰਮੀ ਨੂੰ ਮਨਾਉਣਾ ਕਿੰਨਾ ਔਖਾ ਕੰਮ ਹੈ ਓਏ ਹਾਂ ਯਾਰ ਅਸੀਂ ਤਾਂ ਮੈਂ ਕਹਿਣਾ ਜਿਵੇਂ ਫਿਰ ਤਾਂ ਤਾਏ ਨੂੰ ਮਨਾਇਆ ਉਵੇਂ ਆਪਾਂ ਮੰਮੀ ਨੂੰ ਮਨਾ ਲੈਂਦੇ ਹਾਂ ਯਾਰ ਫਿਰ ਤੇਰੇ ਤਾਏ ਨੇ ਤਾਂ ਆਪ ਇਹ ਗੱਲ ਕਹੀ ਸੀ ਨਾਲੇ ਤੁਸੀਂ ਤਾਂ ਕਹਿੰਦੇ ਹੁੰਦੇ ਹੋ ਹਮੇਸ਼ਾ ਵੀ ਤੁਹਾਡੀ ਮੰਮੀ ਨੂੰ ਤਾਂ ਬਿਲਕੁਲ ਦੇਸੀ ਕੁੜੀ ਚਾਹੀਦੀ ਹੈ ਪਰ ਡੋਂਟ ਵਰੀ ਜਦੋਂ ਆਪਾਂ ਇਹ ਗੱਲ ਕਹਿਤੀ ਨਾ ਵੀ ਤਾਇਆ ਜੀ ਨੇ ਕਹੀ ਇਹ ਗੱਲ ਹਾਂ ਫਿਰ ਤਾਂ ਸਭ ਕੁਝ ਸੋਲਵ ਹੋ ਜਾਊਗਾ ਫਿਰ ਮੰਮੀ ਮੰਮੀ ਨੇ ਇੱਥੇ ਬੁਲਾ ਦਿਓ ਉਰੀ ਮਾਰ ਲਵਾਂ ਹਾਂ ਮਾਂ ਮਾਤਾ ਯਾਰ ਸਾਰੀ ਗੱਲ ਸਾਂਭਲਿਓ ਮੇਰੇ ਕੱਲੀ ਤੇ ਨਾ ਸੋਚ ਓਏ ਹਾਂ ਹਾਂ ਸਾਂਭੂਗਾ ਦੇਖਦੇ ਚੱਲ ਗੱਲ ਤਾਂ ਘੁਮਾ ਕੇ ਜੇ ਕਰਨੀ ਪਊ ਨਾ ਹਾਂ ਪੁੱਤ ਕੀ ਹੋਇਆ ਉਹਨਾਂ ਆਂਟੀ ਜੀ ਅੱਜ ਕਾਲਜ 'ਚ ਛੁੱਟੀ ਸੀ ਅਸੀਂ ਵਾਪਸ ਮੁੜੇ ਆਏ ਅੱਛਾ ਬਹਿ ਜਾ ਮਾਂ
ਕਾਲਜ ਤੋਂ ਛੁੱਟੀ ਸੀਗੀ ਤੇ ਅਸੀਂ ਵਾਪਸ ਮੁੜੇ ਤਾਂ ਸਾਨੂੰ ਰਾਤ ਤਾਇਆ ਜੀ ਮਿਲ ਗਏ ਸੀਗੇ ਹਾਂ ਅੱਛਾ ਫਿਰ ਬੋਲਿਆ ਤਾਂ ਨਹੀਂ ਕੁਛ ਆਂਟੀ ਜੀ ਉਹ ਤਾਇਆ ਜੀ ਨੇ ਕੋਈ ਸੁਨੇਹਾ ਲਾਇਆ ਸੀਗਾ ਅਸੀਂ ਤੁਹਾਡੇ ਨਾਲ ਗੱਲ ਕਰਨੀ ਸੀ ਦੱਸੋ ਉਹ ਨਾ ਤਾਇਆ ਜੀ ਨੇ ਐਂ ਕਿਹਾ ਸੀ ਮਤਲਬ ਉਹ ਕਹਿੰਦੇ ਵੀ ਅਸੀਂ ਬਾਬੇ ਵਾਸਤੇ ਕੋਈ ਕੁੜੀ ਲੱਭ ਰਹੇ ਹਾਂ ਮੇਰੇ ਵਿਆਹ ਵਾਸਤੇ ਹਾਂ ਫਿਰ ਪੁੱਤ ਤੈਨੂੰ ਪਤਾ ਹੀ ਆ ਤੇਰਾ ਤਾਇਆ ਜੀ ਇਹਦਾ ਸਭ ਕੁਛ ਕਰਦਾ ਏ ਅੱਛਾ ਉਹ ਮੈਨੂੰ ਤਾਇਆ ਜੀ ਨੇ ਐਂ ਕਿਹਾ ਸੀ ਵੀ ਜੇ ਤੂੰ ਸਾਡੇ ਮੁੰਡੇ ਨਾਲ ਵਿਆਹ ਕਰਵਾ ਲਏ ਤਾਂ ਵਧੀਆ ਗੱਲ ਹੈ ਨਾ ਇਹਦੇ ਤਾਏ ਨੇ ਕਿਹਾ ਏ ਮੈਂ ਨਹੀਂ ਕਹਿ ਸਕਦੀ ਕਿਤੇ ਕੁੜੀਏ ਤੂੰ ਹੀ ਤਾਂ ਨਹੀਂ ਕਹਿੰਦੀ ਉਹ ਮਾਂ ਜੇ ਇਹ ਕਹਿ ਰਹੀ ਹੈ ਫਿਰ ਤਾਏ ਨੇ ਕਿਹਾ ਹੋਣਾ ਇਹਨੂੰ ਕੀ ਲੋੜ ਆ ਭਲਾ ਆਪਦੇ ਕੋਲੋਂ ਗੱਲ ਬਣਾ ਕੇ ਕਹਿਣ ਦੀ ਨਾਲੇ ਇਹ ਤਾਂ ਸ਼ਹਿਰ ਦੀ ਕੁੜੀ ਹੈ ਕਿੰਨੀ ਸੋਹਣੀ ਸੁਨੱਖੀ ਹੈ ਇਹਨੂੰ ਕਿਤੇ ਮੁੰਡਿਆਂ ਦਾ ਘੱਟ ਹੈ ਅੱਛਾ ਤਾਏ ਨੇ ਹਾਂ ਕਰਤੀ ਹੈ ਤੁਸੀਂ ਮੇਰਾ ਪਾਗਲ ਬਣਾਉਣ ਲੱਗੇ ਹੋ ਮੈਨੂੰ ਪਹਿਲਾਂ ਹੀ ਤੁਹਾਡੇ ਲੱਛਣ ਦਿਖਦੇ ਸੀਗੇ ਆ ਸਾਡੀ ਉਂਗਲੀ ਫੜਦੀ ਫੜਦੀ ਬਾਹ ਫੜ ਕੇ ਬਹਿ ਗਈ ਕੀ ਹੋ ਗਿਆ ਮੰਮੀ ਆਂਟੀ ਦੇਖ ਲੈ ਕੀ ਲੱਛਣ ਮੰਨਦੇ ਨੇ ਅਖੇ ਤਾਇਆ ਮੰਨ ਗਿਆ ਅਸੀਂ ਵਿਆਹ ਕਰਾਉਣਾ ਹੈ ਉਹ ਅੰਕਲ ਜੀ ਆ ਗਏ ਚਾਹੇ ਇਹਨਾਂ ਤੋਂ ਪੁੱਛ ਲਓ ਉੱਪਰ ਦੇ ਕੀ ਰੌਲਾ ਪਾਈ ਜਾਂਦੇ ਨੇ ਤੂੰ ਭਾਈ ਆ ਕੀ ਕਹੀ ਜਾਂਦੇ ਨੇ ਉਹ ਇਹ ਠੀਕ ਕਹਿੰਦੇ ਉੱਪਰ ਜਾਈ ਦੇਖ ਮੈਂ ਗਿਆ ਸੀ ਉੱਧਰ ਖੇਤ ਨੂੰ ਜਾਂਦਾ ਸੀ ਤੇ ਉੱਥੇ ਮੂਰੇ ਘੁੰਮਣ ਫਿਰਨ ਗਏ ਹੋਏ ਸੀਗੇ ਤੇ ਬਸ ਮੈਂ ਇਹਨਾਂ ਨੂੰ ਦੇਖ ਲਿਆ ਮੈਨੂੰ ਇਹਨਾਂ ਜਦੋਂ ਗੱਲਬਾਤ ਜੀ ਲੱਗੀ ਬਸ ਮੈਂ ਗੱਲ ਚਲਾ ਲਈ ਇਹਨੇ ਕੁੜੀ ਨੇ ਜਿਹੜੀ ਗੱਲ ਮੈਨੂੰ ਕਹੀ ਮੈਂ ਉਸ ਨਾਲ ਸਹਿਮਤ ਹਾਂ ਤਾਂ ਖੇਤਾਂ 'ਚ ਘੁੰਮਦੇ ਫਿਰਦੇ ਸੀ ਇਹ ਦੋਨੇ ਓਏ ਪੁੱਤ ਅੱਜ ਕੱਲ੍ਹ ਸਭ ਕੁਝ ਚੱਲਦਾ ਹੈਗਾ ਖੇਤੀ ਘੁੰਮਣ ਗਏ ਸੀ ਆਪਣੇ ਖੇਤ ਗਏ ਸੀ ਕਿਹੜਾ ਕਿਸੇ ਦੇ ਹੋਰ ਗਏ ਸੀ ਤੁਹਾਨੂੰ ਕਦੇ ਜਾਣ ਨਹੀਂ ਦਿੱਤਾ ਖੇਤਾਂ ਬਾਈ ਨਾਲੇ ਮੇਰੀ ਗੱਲ ਸੁਣ ਲਾ ਮੈਂ ਨਹੀਂ ਇਹ ਜੇ ਪੈਂਟਾ ਪਾਉਣ ਵਾਲੀ ਦਾ ਰਿਸ਼ਤਾ ਲੈਣਾ ਆ ਕੁੜੀ ਨੇ ਕਦੇ ਸਲਵਾਰ ਸੂਟ ਤੋਂ ਬਿਨਾ ਕੁਝ ਪਾਇਆ ਨਾਲੇ ਤੂੰ ਆਪਣੇ ਆਪ ਦੇਖ ਸਿਰ ਤੋਂ ਚੁੰਨੀ ਇਹਨੇ ਤਾਂ ਝਾਟਾ ਨੰਗਾ ਕਰੀ ਫਿਰਦੀ ਆ ਓਏ ਪਰਜਾਈ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਓ ਪੁੱਤ ਤੂੰ ਤਾਂ ਸਿਆਣੀ ਐ ਜੱਸੀ ਵੱਡੀ ਐ ਇਸ ਘਰ 'ਚ ਤੂੰ ਵੱਡੀ ਨੂੰ ਹੈਗੀ ਦੇਖ ਪਰਜਾਈ ਜਦੋਂ ਨੇ ਜਵਾਕੜੀ ਨੇ ਮੈਨੂੰ ਸਾਰੀ ਗੱਲ ਦੱਸਤੀ ਆਪਦੇ ਦਿਲ ਦੀ ਵੀ ਮੈਂ ਵਿਆਹ ਕਰਾਉਣਾ ਜੀ ਪਿੰਡ 'ਚ ਠੀਕ ਹੈ ਪਰ ਜਦੋਂ ਨਾਲੇ ਇੱਕ ਦੂਜੇ ਨੂੰ ਇਹ ਜਾਣਦੇ ਆ ਇਕੱਠੇ ਪੜ੍ਹਦੇ ਆ ਜਦੋਂ ਕੁੜੀ ਇੰਨਾ ਸਟੈਂਡ ਲੈ ਸਕਦੀ ਹੈ ਵੀ ਮੈਂ ਪਿੰਡ 'ਚ ਵਿਆਹ ਕਰਾਉਣਾ ਤੇ ਫਿਰ ਕੱਪੜੇ ਲੀੜੇ ਕਿਉਂ ਨਹੀਂ ਬਦਲ ਸਕਦੀ ਆਪਦੇ ਤਾਂ ਪਹਿਲੀ ਪਤਾ ਸੀ ਵੀ ਨਾ ਚੱਕਰ ਚੱਲਦਾ ਆਂਟੀ ਜੀ ਉਹ ਕੁੜੀ ਐ ਨਹੀਂ ਕਹਿੰਦੇ ਹੁੰਦੇ ਸਹੀ ਹੈ ਜੀ ਬਸ ਕਰ ਬਾਈ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਹੈਗੀ ਬਾਈ ਤੂੰ ਵੀ ਉਹੀ ਗੱਲਾਂ ਕਰਨ ਲੱਗ ਗਿਆ ਪਰਸੋਂ ਦਾ ਤਾਂ ਤੂੰ ਮੈਨੂੰ ਇੰਨਾ ਬੋਲਦਾ ਵੀ ਕੁੜੀ ਨੂੰ ਭੇਜ ਹੁਣ ਤੂੰ ਵੀ ਇਹਦੀਆਂ ਗੱਲਾਂ 'ਚ ਆ ਗਿਆ ਮੈਂ ਨਹੀਂ ਇਹਦਾ ਰਿਸ਼ਤਾ ਲੈਣਾ ਹੈਗਾ ਓ ਭਰਜਾਈ ਮੇਰੀ ਗੱਲ ਸੁਣ ਤੂੰ ਇਹ ਨਾ ਗੱਲ ਕਹਿ ਜੋ ਗੱਲ ਕਰਨੀ ਆ ਮੈਂ ਕਰਨੀ ਆ ਘਰ 'ਚ ਮੈਂ ਵੱਡਾਂਗਾ ਮੇਰੀ ਗੱਲ ਸੁਣ ਲੈ ਇੱਕ ਮੈਂ ਅੱਜ ਪਹਿਲਾਂ ਇਹਦੇ ਨਾਲ ਵਿਚਾਰੀ ਨਾਲ ਕੋਈ ਗੱਲ ਹੀ ਨਹੀਂ ਕੀਤੀ ਸੀ ਕੁੜੀ ਨਾਲ ਮੈਂ ਕੋਈ ਅਸੀਂ ਇਕੱਠੀ ਨਹੀਂ ਹੋਈ ਸੀ ਜਦੋਂ ਮੈਂ ਇਹਦੀਆਂ ਗੱਲਾਂ ਬਾਤਾਂ ਸੁਣ ਲਈਆਂ ਇਹ ਸਿਆਣੇ ਘਰ ਦਿੱਤੀ ਹੈ ਕਿਸੇ ਦੀ ਚੰਗਾ ਇਹਨੂੰ ਬੋਲਣ ਦਾ ਪਤਾ ਹੈ ਸਿਆਣੀ ਹੈ ਤੇ ਫਿਰ ਤੂੰ ਇਹ ਕਿਵੇਂ ਕਹਿ ਸਕਦੀ ਹੈ ਬਾਈ ਜੋ ਕੁਛ ਮਰਜ਼ੀ ਹੋ ਜਾਵੇ ਤੇਰੀ ਸ਼ੁਰੂ ਤੋਂ ਮੈਂ ਮੰਨਦੀ ਆਈ ਹਾਂ ਅੱਗੇ ਨੂੰ ਵੀ ਮੰਨੂਗੀ ਪਰ ਮੈਂ ਇਹ ਰਿਸ਼ਤੇ ਬਾਰੇ ਨਹੀਂ ਮੰਨਣਾ ਹੈਗਾ ਮੈਨੂੰ ਨਹੀਂ ਲੋੜ ਮੈਂ ਨਹੀਂ ਇਹ ਰਿਸ਼ਤਾ ਕਰਨਾ ਉਹਨਾਂ ਦੀ ਗੱਲਾਂ ਤੋੜ ਲਈਆਂ ਤੁਸੀਂ ਤੂੰ ਨਾ ਲਈ ਰਿਸ਼ਤਾ ਮੈਂ ਆਪੇ ਵਿਆਹ ਕਰੂੰ ਕੋਈ ਗੱਲ ਨਹੀਂ ਕਰਨੀ ਨਾ ਮੈਂ ਇਹਦਾ ਰਿਸ਼ਤਾ ਲੈਣਾ ਕੁੜੀ ਨੂੰ ਕਹਿ ਦੇ ਸਾਡੇ ਘਰੋਂ ਚਲੇ ਜਾਵੇ ਐਂ ਕਿਵੇਂ ਕਹਦੀ ਚਲੇ ਜਾਵੇਂ ਓ ਪੁੱਤ ਬਾਵੇਂ ਜਿਹੜਾ ਕੁਛ ਕਰਨਾ ਹੈ ਉਹ ਮੈਂ ਕਰਨਾ ਗਾ ਠੀਕ ਹੈ ਆਪੇ ਦੋ ਮਿੰਟ ਬੋਲ ਕੇ ਹਟ ਜੂਗੇ ਇਹ ਪੁੱਤ ਮੇਰੀ ਗੱਲ ਸੁਣ ਤੂੰ ਆਪਦੇ ਮਾਂ ਪਿਓ ਨਾਲ ਨਾ ਮੇਰੀ ਗੱਲ ਕਰਾਈ ਠੀਕ ਹੈ ਅੰਕਲ ਜੀ ਪਰ ਜਦੋਂ ਆਂਟੀ ਨੂੰ ਅਸੈਪਟ ਹੀ ਨਹੀਂ ਹੈਗਾ ਮੈਂ ਫਿਰ ਆਪਣੇ ਘਰ ਹੀ ਚਲੀ ਜਾਨੀ ਆ ਚੱਲ ਨਾ ਨਾ ਮੈਂ ਮੰਮੀ ਨੂੰ ਮਨਾ ਲੂੰਗੀ ਬਾਵੇ ਤੂੰ ਮੇਰੀ ਗੱਲ ਸੁਣ ਪੁੱਤ ਅੱਜ ਤੱਕ ਇਹ ਕਦੇ ਹੋਇਆ ਵੀ ਜਿਹੜਾ ਮੈਂ ਕੰਮ ਕਹਿਤਾ ਉਹ ਨਹੀਂ ਹੁੰਦਾ ਨੀ ਤਾਜਾ ਤੁਹਾਡੀ ਗੱਲ ਤਾਂ ਸਹੀ ਆ ਪਰ ਮੰਮੀ ਨੂੰ ਹੁਣ ਕਿਵੇਂ ਮਨਾਵਾਂਗੇ ਜੀ ਮੈਂ ਤਾਂ ਹੈਰਾਨ ਆ ਹੈਗੀ ਆ ਮਨਾਉਣ ਵਾਸਤੇ ਲੈ ਬਸ ਹੁਣ ਤੈਨੇ ਕੁੜੀ ਨੇ ਵੀ ਸਾਥ ਦਿੱਤਾ ਹੋਰ ਦੱਸ ਹੁਣ ਮੈਂ ਕਰਵਾਉਂਗਾ ਤੁਹਾਡਾ ਰਿਸ਼ਤਾ ਓਏ ਪੁੱਤ ਲੈ ਸੁਣ ਓ ਪੁੱਤ ਤੇਰੀ ਮਾਂ ਨਾਲ ਪਿਆਰ ਨਾਲ ਗੱਲ ਕਰੀ ਠੀਕ ਹੈ ਉਹਦੇ ਟੈਨਸ਼ਨ ਨਾ ਲੈ ਤਾਇਆ ਤੂੰ ਉਹਨਾਂ ਦਾ ਮੈਂ ਆਪੇ ਮਨਾ ਲੂੰਗੀ ਲੈ ਬਸ ਜਦੋਂ ਤੁਸੀਂ ਦੋਨੇ ਖੁਸ਼ ਹੋ ਬਸ ਫਿਰ ਹੋਰ ਕੌਣ ਉਹ ਨਾਲੇ ਗੱਲ ਸੁਣ ਓਏ ਮੈਂ ਕਹਾਇਆ ਕਰੂੰ ਵੀ ਦੇਖ ਓਏ ਉਹ ਕਿੱਡੀ ਪੜ੍ਹੀ ਲਿਖੀ ਨੂੰ ਹੈ ਬਹਾਲ ਸੁਣਦੀ ਮੈਨੂੰ ਤਾਂ ਵਧੀਆ ਲੱਗਿਆ ਕਰੇ ਨਾਲੇ ਆਹੀ ਜਿੰਨਾ ਜੁੰਨਾ ਹੀ ਪਾਲਿਆ ਕਰੀ ਕੁਛ ਨਹੀਂ ਹੁੰਦਾ ਹੈਗਾ ਤੇਰੇ ਬਹਾਨੇ ਨਾਲ ਮੈਂ ਪਾਲਿਆ ਕਰੂੰ ਮੇਰੇ ਨਾਲ ਚੱਲ ਦੇਖ ਲਾ ਉਹ ਦੇਖਾਂਗੇ ਪੁੱਤ ਹਜੇ ਸੋਚਾਂਗੇ ਆਪਾਂ ਠੀਕ ਹੈ ਪੁੱਤ ਹੁਣ ਤਾਂ ਸਿੱਖ ਦਿਖਾ ਦੇ ਬੇਟਾ ਹਾਂਜੀ ਚੱਲ ਪੁੱਤ ਇਹਨਾਂ ਨੂੰ ਕਰਨ ਦੇ ਗੱਲਾਂ ਆ ਚੱਲੀ ਆਪਾਂ ਤਾਂ ਚੰਗਾ ਮੰਮੀ ਨਾਲ ਕਰ ਲਓ ਗੱਲ ਤਾਇਆ ਜੀ ਕਰਦਾ ਓਏ ਚੱਲ ਲੈ ਇੱਕ ਪੰਗਾ ਨਿਬੜਿਆ ਤੁਹਾਡੀ ਮਾਂ ਨੇ ਨਹੀਂ ਮੈਨੂੰ ਕਦੇ ਵੀ ਅਸੈਪਟ ਕਰਨਾ ਉਹ ਜਦੋਂ ਤਾਇਆ ਜੀ ਕਰ ਸਕਦੇ ਨੇ ਭਾਬੀ ਕਰ ਸਕਦੇ ਨੇ ਤਾਂ ਮੰਮੀ ਵੀ ਹੌਲੀ ਹੌਲੀ ਕਰ ਲੈਣਗੇ ਪਤਾ ਗੱਲ ਕੀ ਆ ਮੰਮੀ ਨੂੰ ਥੋੜ੍ਹਾ ਜਿਹਾ ਤਾਂ ਬੁਰਾ ਲੱਗਿਆ ਹੋਣਾ ਵੀ ਪਹਿਲਾਂ ਕੁੜੀ ਨੂੰ ਜਾਣ ਕੇ ਘਰ ਲਿਆ ਆ ਹੁਣ ਵਿਆਹ ਦੀਆਂ ਗੱਲਾਂ ਕਰਨ ਬਹਿ ਗਿਆ ਯਾਰ ਫਿਰ ਆਪਾਂ ਸਿੱਧੇ ਮੱਥੇ ਤਾਂ ਨਹੀਂ ਵਿਆਹ ਵਾਲੀ ਗੱਲ ਕਰ ਸਕਦੇ ਸੀ ਹੌਲੀ ਹੌਲੀ ਹੁੰਦੀਆਂ ਨੇ ਇਹੋ ਜਿਹੀਆਂ ਗੱਲਾਂ ਚੱਲ ਕੋਈ ਗੱਲ ਨਹੀਂ ਜਦੋਂ ਤਾਇਆ ਜੀ ਮੰਨ ਗਏ ਨਾ ਉਹਨੇ ਮਾਂ ਨੂੰ ਵੀ ਮਨਾਈ ਲੈਣਾ ਤੂੰ ਬਿਲਕੁਲ ਟੈਨਸ਼ਨ ਦੀ ਗੱਲ ਨਾ ਲੈ ਯਾਰ ਹੁਣ ਮੈਂ ਆਪਣੇ ਘਰੇ ਜਾਵਾਂ ਘਰੇ ਜਾਣਾ ਤੇਰਾ ਤਾਂ ਪ੍ਰਿਧ ਬਣਦਾ ਕਿਉਂਕਿ ਫਿਰ ਤਾਂ ਘਰੇ ਵੀ ਤਾਂ ਗੱਲ ਕਰਨੀ ਆ ਨਾ
पर तू परवाह ना कर। ओ बापू मेरे तक घरे ऑलरेडी गल होई होई है। ओए एवें तो होई होई है, तू ये भी तो दसेंगी ना भी बाबे दे घर दे भी मन गए, भी छेती छेती गल करो। जे मम्मी डैडी उरे आउणगे गलबात करनगे इन्हां नाल ताया जी ते मम्मी नाल फिर ही गल अगे वधू ना। यार टेंशन ये नहीं हैगी। हाँ मैं इन्नी छेती उन्हां नूं ये नहीं कह सकती भी साडा हुणे विआह कर दो। यार थोड़ा घर वेख के तो उन्होंने मेरा कदे भी विआह नहीं करना। लवप्रीत तू किसे पासे माण भी हैगी आ, मसा तो मेरे घर दे मन्ने ने, हुण तू होर पासे नूं तुर पै, किसे गल ते राजी भी हो जा कर यार। मैं तैनूं पहलां भी कहा सी, मैं कड़ा हुण एवें मौके ते आके मुकर रही आ। सच्चाई तो यही आ, मैं अपने डैडी नूं झूठ बोलिया होया भी उन्हां दी बहुत वड्डी कोठी आ, किहड़ी कोठी दिखाऊंगी मैं। यार देख लवप्रीत मैनूं नहीं सब दीआं गल्लां दा पता, जे मम्मी डैडी तैं झूठ बोलिया ना भी कोठी पई हुई आ, हुण उन्हां नूं सच्चाई भी तैं ही दसणी आ। ओह नाल इन्हां दा तां पता नहीं मेरे घरदिआं दा तां किहड़े वेले मुकर जाणा, मसा तां इन्हां दे हिसाब च आया कम्म अपने। ਲੈ ਕਿਵੇਂ ਮੁੱਕਰ ਜਾਣਗੇ? ਉਹ ਪਤੀ ਨਹੀਂ ਇਹਨਾਂ ਦਾ ਤਾਂ, ਤਾਂ ਹੀ ਤੈਨੂੰ ਕਹਿਣਾ ਛੇਤੀ ਛੇਤੀ ਘਰੇ ਗੱਲ ਕਰ ਲਾ, ਆ ਜਿਹੜੀ ਪ੍ਰੋਬਲਮ ਕ੍ਰੀਏਟ ਕਰੀ ਆ ਤੇ ਆਪ ਹੀ ਇਹਦਾ ਸੋਲੂਸ਼ਨ ਲੱਭ ਕੋਈ। ਯਾਰ ਪ੍ਰੋਬਲਮ ਤਾਂ ਇਹ ਆ ਵੀ ਮੈਂ ਹਲੇ ਵਿਆਹ ਕਰਾਉਣਾ ਹੀ ਨਹੀਂ ਸੀਗਾ, ਸਟੱਡੀ ਤਾਂ ਕੰਪਲੀਟ ਨਹੀਂ ਹੋਈ ਹਜੇ। ਉਹ ਕੋਈ ਨਹੀਂ ਪਹਿਲਾਂ ਮੰਗਣੀ ਕਰਾ ਲਾਂਗੇ ਆਪਾਂ, ਵਿਆਹ ਅੱਗੇ ਜਾ ਕੇ ਕਰਾ ਲਾਂਗੇ, ਹੋਰ ਦੱਸ ਫਿਰ ਕੀ ਹੈ। ਬਾਕੀ ਜੇ ਵਿਆਹ ਕਰ ਵੀ ਦਿੱਤਾ ਨਾ ਕਰਦਿਆਂ ਨੇ, ਸਟੱਡੀ ਨਾਲ ਨਾਲ ਚੱਲਦੀ ਰਹੂਗੀ ਆਪਣੀ, ਆਪਾਂ ਨੂੰ ਦੱਸ ਕੀ ਪ੍ਰੋਬਲਮ ਆਉਣੀ ਆ। ਸੁੱਖ ਨਾਲ ਵਧੀਆ, ਇਕੱਠੇ ਜਾਇਆ ਕਰਾਂ ਇਕੱਠੇ ਆਇਆ ਕਰਾਂਗੇ। ਹਾਂ ਹੈ ਨਾ, ਨਾਲੇ ਲੋਕਾਂ ਡਰ ਨਹੀਂ ਹੋਊਗਾ ਆਪਾਂ ਨੂੰ, ਜਿਵੇਂ ਹੁਣ ਆਪਾਂ ਕਾਲਜ ਦੇ ਵਿੱਚ ਤੁਰੇ ਫਿਰਦੇ ਸੀਗੇ ਹੱਥਾਂ 'ਚ ਹੱਥ ਪਾ ਕੇ, ਕਿ ਨਹੀਂ? ਯਾਰ ਹੁਣ ਮੈਂ ਘਰੇ ਜਾਵਾਂ ਫਿਰ ਆਪਣੇ। ਓਏ ਹੁਣ ਨਾ ਜਾ, ਸਵੇਰੇ ਚੱਲ ਜੀ, ਅੱਜ ਦੀ ਰਾਤ ਤਾਂ ਰਹਿ ਤੂੰ, ਠੀਕ ਹੈ? ਆਹੋ ਕਾਹਲੀ ਨਾ ਕਰ ਹੁਣ ਇੰਨੀ ਛੇਤੀ ਘਰੇ ਜਾਣ ਦੀ, ਚੱਲ ਅੰਦਰ ਫਿਰ ਰੈਸਟ ਕਰ ਲੈ। ਹੈ ਯਾਰ ਅੰਦਰ ਤੁਹਾਡੇ ਮੰਮੀ ਨੇ। ਓ ਯਾਰ ਉਹ ਕਮਰੇ 'ਚ ਥੋੜ੍ਹੀ ਨਹੀਂ ਏ ਸੀ ਵਾਲੇ 'ਚ, ਉੱਥੇ ਬੈਠ ਤੂੰ ਜਾ ਕੇ, ਠੀਕ ਹੈ? ਜੇ ਕਿਸੇ ਚੀਜ਼ ਦੀ ਲੋੜ ਹੋਈ ਹੁਣ ਤਾਂ ਨੰਬਰ ਹੈਗਾ ਤੇਰੇ ਕੋਲ, ਨੂੰ ਫੋਨ ਕਰ ਦੀ ਜਾਂ ਮੈਸੇਜ ਕਰ ਦੀ। ਨੰਬਰ ਤਾਂ ਮੇਰੇ ਕੋਲ ਪਹਿਲਾਂ ਵੀ ਸੀ। ਆਹੋ ਤਾਂ ਹੀ ਕਹਿਣਾ ਹੁੰਦਾ, ਮੁਰਦਾ ਝੂਠ ਬੋਲਦਾ ਸੀ ਪਹਿਲਾਂ। ਆਹੋ ਲੈ ਗਈ ਮਿੱਤਰਾ, ਹੁਣ ਵਿਆਹ ਪਿਆ ਵੱਟ 'ਤੇ, ਘਰ ਦੇ ਮੰਨ ਗਏ, ਤਾਏ ਵੀ ਮੰਨ ਗਿਆ ਮੇਰਾ।